ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਤਰਨਤਾਰਨ ਸ਼ਹਿਰ ਦੇ ਵਿੱਚ ਹੋਈ ਮਾਮੂਲੀ ਬਰਸਾਤ ਨੇ ਨਿਗਮ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਤਸਵੀਰਾਂ ਬੋੜੀ ਚੌਂਕ ਦੀਆਂ ਨੇ, ਜਿੱਥੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਾਸਤੇ ਤੇ ਪਾਣੀ ਖੜ ਚੁੱਕਾ ਹੈ। ਸੀਵਰੇਜ ਸਿਸਟਮ ਨਾ ਚੱਲਣ ਕਰਕੇ ਸ਼ਹਿਰ ਦੇ ਬਾਜ਼ਾਰ ਵੀ ਬਰਸਾਤੀ ਪਾਣੀ ਵਿੱਚ ਡੁੱਬੇ ਨਜ਼ਰ ਆਏ, ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਰਪੇਸ਼ ਆ ਰਹੀਆਂ ਨੇ। ਮਜਬੂਰਨ ਲੋਕਾਂ ਨੂੰ ਕਰੀਬ ਫੁੱਟ ਫੁੱਟ ਖੜੇ ਬਰਸਾਤੀ ਪਾਣੀ ਵਿੱਚੋਂ ਲੰਘ ਕੇ ਜਾਣਾ ਪੈ ਰਿਹਾ ਹੈ ਤੇ ਅਜਿਹੇ ਹਾਲਾਤ ਵਿੱਚ ਹਰ ਰਾਹਗੀਰ ਪ੍ਰਸ਼ਾਸਨ ਨੂੰ ਕੋਸਦਾ ਨਜ਼ਰ ਆ ਰਿਹਾ ਹੈ। ਅੱਜ ਸਿਰਫ ਅੱਧਾ ਘੰਟਾ ਹੀ ਮੀਂਹ ਪਿਆ ਵਾ, ਜਿਹਦੇ ਵਿੱਚ ਇਹ ਹਾਲ ਹੋਇਆ ਪਿਆ ਕਿ ਸਾਰੇ ਜਿੰਨੇ ਸੀਵਰੇਜ ਸਾਰੇ ਬਲੌਕ ਹੋਏ ਪਏ ਆ। ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੜੀ ਵਾਰ ਕਿਹਾ ਵਾ, ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਔਰ ਨਾ ਹੀ ਇਧਰਲੇ ਪਾਸੇ ਧਿਆਨ ਦਿੰਦੇ ਪਏ, ਕਿਉਂਕਿ ਇਹ ਸ਼ਹਿਰ ਦਾ ਮੇਨ ਚੌਂਕ ਹੈਗਾ ਵਾ। ਇਸ ਚੌਂਕ ਦੇ ਵਿੱਚ ਜਿਹੜਾ ਰਾਹ ਵਾ ਇਹ ਵੀ ਮੇਨ ਆ, ਤਾਂ ਕਿ ਇਹ ਦਰਬਾਰ ਸਾਹਿਬ ਨੂੰ ਜਾਂਦਾ ਹੈ। ਹੁਣ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੀ ਸਾਡੀ ਮੰਗ ਜਿਹੜੀ ਉਹ ਸੁਣੀ ਜਾਵੇ ਤੇ ਇਹਦਾ ਜਿਹੜਾ ਜਲਦ ਇਹਦਾ ਹੱਲ ਕੀਤਾ ਜਾਵੇ, ਕਿਉਂਕਿ ਜਿੰਨੇ ਵੀ ਇੱਥੇ ਲੋਕ ਜਾਂਦੇ ਨੇ ਉਹ ਸਾਰੇ ਵਿਚਾਰੇ ਇੰਨੇ ਤੰਗ ਹੋ ਜਾਂਦੇ ਕਿ ਉਹ ਰਾਹ ਹੀ ਦੂਜਾ ਬਦਲ ਦਿੰਦੇ ਨੇ। ਮੋਟਰਸਾਈਕਲ ਵੀ ਬੰਦ ਹੋਏ ਹੋਣੇ ਬਹੁਤ ਹੀ ਹੋਣੀ, ਦੋ ਤਿੰਨ ਲੋਕਾਂ ਦੇ ਬੰਦ ਹੋਏ ਪਏ, ਚਾਹੇ ਦੋ ਜਨਾਨੀ ਤਾਂ ਡਿੱਗ ਵੀ ਪਈਆਂ ਸੀ ਇੱਥੇ। ਹਾਂਜੀ, ਇਹ ਮੀਂਹ ਪਿਆ ਸਿਰਫ ਅੱਧਾ ਘੰਟਾ ਮੀਂਹ ਪਿਆ ਜੀ, ਅੱਧੇ ਘੰਟੇ ਦੇਖੋ ਤੁਸੀਂ ਹਾਲ ਦੇਖੋ ਗਲੀ ਦਾ, ਉਹ ਗਾਂਹ ਤੱਕ ਪਾਣੀ ਰੁਕਿਆ ਹੋਇਆ ਜੀ। ਔਰ ਇਹ ਬਾਜ਼ਾਰ ਜਿਹੜਾ ਵਾ ਮੇਨ ਬਾਜ਼ਾਰ ਜੇ ਤਰਨ ਤਾਰਨ ਦਾ ਸ਼ਹਿਰ ਦਾ, ਜਿਹੜਾ ਮੇਨ ਤਰਨ ਤਾਰਨ ਆਪਣਾ ਦਰਬਾਰ ਸਾਹਿਬ ਨੂੰ ਜਾ ਰਿਹਾ ਵਾ, ਤੇ ਸੀਵਰੇਜ ਕਰਕੇ ਪ੍ਰੋਬਲਮ ਆ। ਦੇਖੋ ਸੀਵਰੇਜ ਵੀ ਬਲੌਕ ਹੋਏ, ਕਈ ਵਾਰ ਸਫਾਈ ਕਰਨ ਆਉਂਦੇ ਆ, ਪਰ ਗੱਲ ਹੈ ਕਿ ਉਹ ਸੀਵਰੇਜ ਛੋਟੇ ਆ, ਪਾਣੀ ਖਿੱਚ ਨਹੀਂ ਪਾਉਂਦੇ, ਜਿੰਨਾ ਬਲੌਕੇਜ ਹੋ ਜਾਂਦੀ ਆ ਸਾਰੀ ਬਲੌਕੇਜ ਹੋਈ ਹੁਣ ਤੇ ਸਾਰੀ ਬਲੌਕੇਜ ਤੁਹਾਡੇ ਸਾਹਮਣੇ ਬਲੌਕੇਜ ਹੀ ਆ, ਤਾਂ ਹੀ ਆਪਣਾ ਪਾਣੀ ਰੁਕਿਆ ਆ। ਮੰਗ ਕਰਦੇ ਪ੍ਰਸ਼ਾਸਨ? ਹਾਂਜੀ ਪ੍ਰਸ਼ਾਸਨ, ਆਹੀ ਪ੍ਰਸ਼ਾਸਨ ਇਹੀ ਮੰਗ ਕਰਦੇ, ਜਾਂ ਤਾਂ ਸੀਵਰੇਜ ਵੱਡੇ ਕੀਤੇ ਜਾਣ, ਪੋਰ ਖੋਲ੍ਹੇ ਜਾਣ, ਜਿੰਨਾ ਜਿਹੜਾ ਮੀਂਹ ਦਾ ਪਾਣੀ ਆ ਉਹ ਮਿੰਟੋ ਮਿੰਟ ਨਿਕਲਿਆ ਜਾਵੇ ਅਤੇ ਇੰਨੀ ਸਮੱਸਿਆ ਨਾ ਆਵੇ। ਤੁਹਾਨੂੰ 15 ਮਿੰਟ ਮੀਂਹ, ਅੱਧਾ ਘੰਟਾ ਮੀਂਹ ਕੋਈ ਜ਼ਿਆਦਾ ਨਹੀਂ ਹੁੰਦਾ।